ਬਲਦੇਵ ਸਿੰਘ ਦਾ ਨਾਵਲ ਗੰਦਲੇ ਪਾਣੀ ਦਾ ਬਾਕੀ ਦਾ ਹਿੱਸਾ ਆਪਣੀ ਕੁਰਸੀ ਦੇ ਢੋ ਨਾਲ ਸਿਰ ਜੋੜੀ ਅੱਖਾਂ ਮੀਟੀ ਬੈਠੀ ਮੁੰਦਰਾ ਚਿਰਾਗ ਅਜੀਬ ਕਲਪਨਾਵਾਂ 'ਚ ਡੁੱਬੀ ਹੋਈ ਸੀ ਕਦੇ ਉਹਨੂੰ ਪੁਲਸੀਏ ਦੀਆਂ ਗੱਲਾਂ ਯਾਦ ਆ ਰਹੀਆਂ ਸਨ ਕਦੇ ਬੈਂਕ ਅਧਿਕਾਰੀਆਂ ਦੀਆਂ ਹੁਣ ਬੈਂਕ ਦੀਆਂ ਸਕੀਮਾਂ ਪਿੱਛੇ ਆਪਣਾ ਧੰਦਾ ਕਿਵੇਂ ਝੋਪਟ ਕਰ ਲਈਏ ਹਰਾਮਜ਼ਾ ਦੇ ਨਾ ਹੋਣ ਕਿਹੜੀ ਸਿੱਖੂਗੀ ਬੈਗ ਬਣਾਉਣ ਸਰਪਨੌਲ ਮੋਮਬਤੀਆਂ ਬਣਾਉਣਾ ਜਿਨੇ 1 ਘੰਟੇ ਚ ਕਮਾ ਲੈਂਦੀਆਂ ਉਹਨਾਂ ਤਾਂ ਉਹਨਾਂ ਨੇ ਮਹੀਨੇ ਚ ਨਹੀਂ ਕਮਾਉਣਾ ਤਿੰਨ ਮਹੀਨੇ ਦੀ ਟ੍ਰੇਨਿੰਗ ਕਿੱਥੋਂ ਖਾਣਗੇ ਆ ਤਿੰਨ ਮਹੀਨੇ ਵਿਹਲੀਆਂ ਰਹਿ ਕੇ ਭੁੱਖੇ ਨਾ ਮਰ ਜਾਣਗੇ ਪਰਿਵਾਰਾਂ ਦੇ ਪਰਿਵਾਰ ਇੱਜ਼ਤ ਦੀ ਕਮਾਈ ਨੂੰ ਰੋਟੀ ਤੇ ਘਸਾਉਣਾ ਹੈ ਇਹਨਾਂ ਨੇ ਇਹਨਾਂ ਨੂੰ ਹਰ ਰੋਜ਼ ਛੁੱਲਾ ਬਲਦਾ ਰੱਖਣ ਲਈ ਪਿਆਸਿਆਂ ਦੀ ਲੋੜ ਪੈਂਦੀ ਹੈ ਫਿਰ ਉਹਨੇ ਪੈਰੀ ਆਲਸ ਭੰਨ ਕੇ ਅੰਗੜਾਈ ਲਈ ਕੁਰਸੀ ਉੱਪਰ ਚੁਸਤ ਹੋ ਕੇ ਬੈਠ ਗਏ ਮਾਈ ਨੂੰ ਪਾਣੀ ਦਾ ਗਲਾਸ ਲੈ ਕੇ ਆਉਣ ਲਈ ਗਿਆ ਜਦ ਮਾਈ ਪਾਣੀ ਦਾ ਗਲਾਸ ਲੈ ਕੇ ਆਈ ਤੁਹਾਨੂੰ ਹੁਕਮ ਦਿੱਤਾ ਸਵੀਟੀ ਨੂੰ ਭੇਜ ਮੇਰੇ ਕੋਲ ਕੁਝ ਥੇਰ ਬਾਅਦ ਸਵੀਟੀ ਨੇ ਮੁੰਦਰਾ ਚਰਾਗ ਦੇ ਕਮਰੇ ਚ ਦਾਖਲ ਹੁੰਦੀ ਹੈ ਕਿ ਦੱਸੋ ਆਂਟੀ ਮੁੰਦਰਾ ਚਰਾਗ ਕੁਝ ਪਾਲੋ ਦੇ ਚਿਹਰੇ ਵੱਲ ਤੱਕਦੀ ਰਹੀ ਫਿਰ ਚਿਹਰੇ ਉੱਪਰ ਗੰਭੀਰਤਾ ਪਰੀ ਮੁਸਕਰਾਟ ਲਿਆਉਂਦੀ ਹੈ ਕਿ ਤੇਰੇ ਲਈ ਮੇਰੇ ਕੋਲ ਦੋ ਖਬਰਾਂ ਨੇ ਸਵੀਟੀ ਇੱਕ ਚੰਗੀ ਖਬਰ ਹੈ ਇੱਕ ਮਾੜੀ ਖਬਰ ਹੈ ਦੱਸ ਪਹਿਲਾਂ ਕਿਹੜੀ ਸੁਣਨੀ ਹੈ ਸਵੀਟੀ ਸਖਤੇ ਚ ਆ ਗਈ ਉਹਨੇ ਸੋਚਿਆ ਸੀ ਆਂਟੀ ਮੇਰੇ ਕੋਲ ਰਾਜਸਥਾਨ ਦੇ ਟੂਰ ਦੀਆਂ ਗੱਲਾਂ ਸੁਣेंगे ਉਹ ਬੋਲੇ ਆਂਟੀ ਅੱਜ ਕੱਲ ਮੈਂ ਬਹੁਤ ਹੀ ਪਰੇਸ਼ਾਨ ਆ ਮੇਰਾ ਭਰਾ ਪਰਸ ਚੋਂ ਸਾਰੇ ਪੈਸੇ ਕੱਢ ਕੇ ਲੈ ਗਿਆ ਸੀ ਹੁਣ ਜਿਹੜੀ ਮਰਜ਼ੀ ਸੁਣਾ ਦਿਓ ਓ ਮਾਈ ਗਾਡ ਹੁਣ ਭਰਾ ਭੈਣਾਂ ਦੀਆਂ ਕਮਾਈਆਂ ਤੇ ਵੀ ਡਾਕੇ ਮਾਰਨ ਲੱਗ ਪਏ ਕੀ ਬਣੂਗਾ ਸਾਡੇ ਲੋਕਾਂ ਦਾ ਰਿਸ਼ਤੇ ਇੰਨੇ ਨਿੱਗਰ ਗਏ ਆਂਟੀ ਪਹਿਲਾਂ ਤੁਸੀਂ ਆਪਣੀਆਂ ਖਬਰਾਂ ਸੁਣਾਓ ਫਿਰ ਮੈਂ ਤੁਹਾਨੂੰ ਆਪਣੇ ਮੱਲੇ ਦੀ ਗੱਲ ਸੁਣਾਉਂਗੀ ਲੋਕ ਹੁਣ ਨਾ ਪੁੱਤਾਂ ਦਾ ਰਿਸ਼ਤਾ ਵੇਖਦੇ ਆ ਨਾ ਨੂੰਹ ਦਾ ਨਾ ਸਹਰੇ ਦਾ ਨਾ ਸੱਸਾਂ ਖੁਦ ਨੂੰਹਾਂ ਦੇ ਬਲਤਕਾਰ ਕਰਵਾ ਰਹੀਆਂ ਨੇ ਕੀ ਆਖਦੀਆਂ ਸਵੀਟੀ ਅੰਦਰਾ ਹੈਰਾਨ ਹੋਈ ਸਹੀ ਆਖਦੀਆਂ ਆਂਟੀ ਤੁਸੀਂ ਪਹਿਲਾਂ ਮੈਨੂੰ ਚਿੰਤਾ ਚੋਂ ਕੱਢੋ ਮੇਰੇ ਲਈ ਕੀ ਖਬਰਾਂ ਨੇ ਤੇਰੇ ਲਈ ਚੰਗੀ ਖਬਰ ਹੀ ਹੈ ਵਾਲੀਏ ਸਰ ਦਾ ਫੋਨ ਆਇਆ ਕੈਨੇਡਾ ਤੋਂ ਆਇਕ ਪੰਛੀ ਨੇ ਦੋ ਦਿਨ ਮੰਗਿਆ ਤੈਨੂੰ ਨਾ ਆਂਟੀ ਗੋਲਡੀ ਨੇ ਕਿਹਾ ਕਿਸੇ ਹੋਰ ਕੋਲ ਨਹੀਂ ਜਾਣਾ ਘਰੇ ਬੈਠੀ ਨੂੰ ਖਰਚਾ ਮਿਲੂ ਤੈਨੂੰ ਫਿਰ ਮੈਂ ਮੂਰਖ ਨਹੀਂ ਬਣੀ ਦਾ ਸਵੀਟੀ ਆਪਣਾ ਧੰਦਾ ਹੈ ਇਹ ਆਉਣਾ ਕਿਸੇ ਨਾਲ ਹੁੰਦਾ ਹੈ ਜਾਣਾ ਕਿਸੇ ਹੋਰ ਨਾਲ ਹੁੰਦਾ ਨਾਲੇ ਗੋਲਦੀ ਨੂੰ ਸੁਪਨਾ ਹੁੰਦਾ ਸਾਰਾ ਕੁਝ ਦੱਸਣ ਦੀ ਲੋੜ ਨਹੀਂ ਹੁੰਦੀ ਤੈਨੂੰ ਪੈਸਿਆਂ ਦੀ ਵੀ ਲੋੜ ਹੈ ਹੁਣ ਇਹ ਵਿਦੇਸ਼ੀ ਤਾਂ ਤੈਨੂੰ ਪਤਾ ਹੀ ਹੈ ਥੋੜਾ ਜਿਹਾ ਭਾਵਕ ਹੋਣਾ ਹੁੰਦਾ ਝਟਪਸਮ ਜਾਂਦੇ ਆ ਮੁੰਦਰਾ ਨੇ ਸਮਝਾਇਆ ਮੇਰਾ ਅੰਦਰ ਨਹੀਂ ਮੰਨਦਾ ਆਂਟੀ ਸਵੀਟੀ ਨੇ ਬੇਦੀਲੀ ਨਾਲ ਕਿਹਾ ਵੇਗ ਸਵੀਟੀ ਆਪਣੇ ਕਿਤੇ ਚ ਆਪਾਂ ਨੂੰ ਵਿਹਾਰੀ ਹੋਣਾ ਪੈਂਦਾ ਜੇ ਆਪਾਂ ਗਾਕਾ ਨੂੰ ਜਵਾਬ ਦੇਣ ਲੱਗ ਪਏ ਕਿਵੇਂ ਚੱਲੂ ਇਹ ਜੁਗਾੜ ਕਿਸੇ ਦੂਸਰੀ ਕੁੜੀ ਨੂੰ ਭੇਜ ਦਿੰਨੇ ਆਂਟੀ ਨਾ ਸੁਵਿਟੀ ਮੈਂ ਵਾਲੀਏ ਸਰ ਨੂੰ ਆਖ ਦਿੱਤਾ ਤੂੰ ਹੀ ਜਾਏਂਗੀ ਕੱਲ ਦੁਪਹਿਰ ਤੋਂ ਬਾਅਦ ਉਹ ਤੈਨੂੰ ਰਵੀ ਢਾਬੇ ਤੋਂ ਚੁੱਕ ਲਊਗਾ ਮੁੰਦਰਾ ਦੇ ਬੋਲਾਂ 'ਚ ਕੁਝ ਸਖਤੀ ਆ ਗਈ ਜੇ ਗੋਲਡੀ ਦਾ ਫੋਨ ਆ ਗਿਆ ਆਂਟੀ ਅਜੇ ਉਹ ਗਿਆ ਨਹੀਂ ਆਪਣੇ ਆਪਣਾ ਮੋਬਾਈਲ ਬੰਦ ਕਰ ਦੇ ਅੱਜ ਤੋਂ ਹੀ ਘਰੇ ਸਮਝਾ ਦੇ ਆਖ ਦੇਣਗੇ ਰਿਸ਼ਤੇਦਾਰੀ 'ਚ ਵਿਆਹ ਗਈ ਹੈ ਵੀ ਬਹਾਨੇ ਨੇ ਸਾਡੇ ਕੋਲ ਤੂੰ ਕੋਈ ਅਣਜਾਣ ਹੈ ਤੈਨੂੰ ਸਮਝਾਉਣਾ ਪਊ ਮੁੰਦਰਾ ਦੇ ਤੇਵਰ ਹੋਰ ਬਦਲ ਗਏ ਸੁਵਿਟੀ ਸਮਝ ਗਈ ਜਾਣਾ ਹੀ ਪਏਗਾ ਸ੍ਰੀਟੀ ਨੇ ਟਿ ਲੀਡਿਆ ਵਾਸਤੇ ਕਿਹਾ ਮੇਰੇ ਲਈ ਤਾਂ ਇਹ ਵੀ ਬੁਰੀ ਖ਼ਬਰ ਹੀ ਹੈ ਆਂਟੀ ਹੁਣ ਦੂਜੀ ਬੁਰੀ ਖ਼ਬਰ ਵੀ ਸੁਣਾ ਦਿਓ ਮੁੰਦਰਾ ਚਿਰਾਗ ਫਿੱਕਾ ਜਿਹਾ ਹੱਸਦਿਆਂ ਬੋਲੀ ਦੂਜੀ ਖ਼ਬਰ ਹੈ ਮੈਨੂੰ ਕੱਲ 5000 ਚਾਹੀਦਾ ਹੈ ਅਮਰੀਕਾ ਨਾਲ ਤੂੰ ਦੋ ਫੇਰੇ ਲਾ ਆਈਂ ਮੈਂ ਆਪਣੀ ਭਾਂਜੀ ਦੇ ਵਿਆਹ ਤੇ ਜਾਣਾ ਸ੍ਰੀਟੀ ਮੱਥਾ ਫੜ ਕੇ ਸੋਚੀ ਪੈ ਗਈ ਹੱਡ ਅਸੀਂ ਰਗੜਾਉਣੀ ਐ ਇਹ ਸੁੱਕੇ ਹੀ ਮਾਂਜ ਕੇ ਲੈ ਜਾਂਦੀ ਐ ਕੀ ਹੋ ਗਿਆ ਮੱਥਾ ਫੜ ਲਿਆ ਆਂਟੀ 5000 ਕਿੱਥੋਂ ਲਿਆ ਕੇ ਦਵਾਂ ਸੋਚਦੀ ਸੀ ਜੇ ਭਰਾ ਨਾ ਚਿੰਤਾ ਨਾ ਕਰ ਮੁੰਦਰਾ ਕਾਲੀ ਨਾਲ ਬੋਲੀ ਕੈਨੇਡਾ ਵਾਲੇ ਤੋਂ ਵਾਲੀਆ ਫੜ ਲਊਗਾ ਮੈਂ ਕੱਲ ਲੈ ਲੂੰਗੀ ਫੋਨ ਕਰ ਦਿੰਨੀ ਆ ਮੈਂ ਤੂੰ ਬੇਫਿਕਰ ਹੋ ਜਾ ਕੇ ਜਾਣ ਦੀ ਤਿਆਰੀ ਕਰ ਇਹੋ ਜਿਹੇ ਮੌਕੇ ਆਪਣੇ ਕੋਲ ਘੱਟ ਹੀ ਆਉਂਦੇ ਹੁੰਦੇ ਨੇ ਆ ਇੱਕ ਦੋ ਮਹੀਨੇ ਹੀ ਸੀਜ਼ਨ ਹੈ ਫਿਰ ਇਹਨਾਂ ਪੰਛੀਆਂ ਨੇ ਵਾਪਸ ਉੱਡ ਜਾਣਾ ਹੁਣ ਤੂੰ ਆਪਣੇ ਮੱਲੇ ਵਾਲੀ ਗੱਲ ਸੁਣਾ ਹੁਣ ਮੂੜ ਦੀ ਆਂਟੀ ਫੇਰ ਸਹੀ ਕੈਨੇਡਾ ਵਾਲੇ ਨੂੰ ਭੁਗਤਾਵਾ ਆ ਕੇ ਸੁਣਾਉ ਇਹਨਾਂ ਸੈਂਟੀਮੈਂਟਲ ਨਹੀਂ ਹੋਈਦਾ ਹੁੰਦਾ ਆਪਣੇ ਧੰਦੇ 'ਚ ਇਹੋ ਜੀਆਂ ਗੱਲਾਂ ਦੀ ਕੋਈ ਥਾਂ ਨਹੀਂ ਹੁੰਦੀ। ਪ੍ਰੋਫੈਸ਼ਨਲ ਬਣੀਦਾ ਹੁੰਦਾ। ਅਸੀਂ ਕੋਈ ਪਵਿੱਤਰ ਦੇਵੀਆਂ ਨਹੀਂ ਆ। ਅਸੀਂ ਹੱਡ ਮਾਸ ਦੀਆਂ ਬਣੀਆਂ ਹੋਈਆਂ। ਹੋਰਾਂ ਵਾਂਗੂ ਸਾਡੀਆਂ ਵੀ ਲੋੜਾਂ ਨੇ, ਸਾਡੀਆਂ ਵੀ ਭੁੱਖਾਂ ਨੇ। ਇੱਥੇ ਆਉਣ ਵਾਲੇ ਸਾਰੇ ਸਮਝਦੇ ਨੇ ਇਹ ਗੱਲਾਂ। ਉਹ ਜੋ ਕੁਝ ਕਰਦੇ ਨੇ, ਮੋਹ ਤੇ ਦਿਖਾਉਂਦੇ ਨੇ, ਸਭ ਦਿਖਾਵਾ ਹੁੰਦਾ। ਅਸੀਂ ਵੀ ਦਿਖਾਵਾ ਕਰਦੀਆਂ। ਬਹੁਤਾ ਭਾਵਕ ਨਹੀਂ ਹੋਈਦਾ ਹੁੰਦਾ। ਅਸੀਂ ਇਹਨਾਂ ਗੱਲਾਂ ਤੋਂ ਬਹੁਤ ਦੂਰ ਨਿਕਲ ਆਈਆਂ। ਸਮਝੇ? ਤੂੰ ਮੈਨੂੰ ਗੱਲ ਸੁਣਾ ਆਪਣੇ ਮੱਲੇ ਦੀ ਇਸ ਵਰਮੁੰਦਰਾ ਚਿਰਾਗ ਨੇ ਜਿਵੇਂ ਹੁਕਮ ਦਿੱਤਾ ਤੇ ਨਾ ਚਾਹੁੰਦੇ ਆ ਵੀ ਸਵੀਟੀ ਨੂੰ ਆਪਣੇ ਮੱਲੇ ਦੀ ਕਥਾ ਸ਼ੁਰੂ ਕਰਨੀ ਪਈ। ਆਂਟੀ ਸਾਡੇ ਮੱਲੇ 'ਚ ਇੱਕ ਘਰ ਐ ਦੋ ਗਲੀਆਂ ਛੱਡ ਕੇ ਬੰਦੇ ਦਾ ਨਾਮ ਪਤਾ ਨਹੀਂ ਸ਼ਾਮ ਐ ਕਿ ਸ਼ਾਮੂ ਉਹ ਪਸ਼ੂਆਂ ਦਾ ਵਪਾਰ ਕਰਦਾ ਐ। ਪਸ਼ੂਆਂ ਦੇ ਮੇਲਿਆਂ ਤੇ ਜਾਂਦਾ ਹੁੰਦਾ ਕਦੇ-ਕਦੇ 60-65 ਸਾਲਾਂ ਦਾ ਹੋਊਗਾ। ਥੋੜਾ ਜਿਹਾ ਘੁੱਬ ਪਾ ਕੇ ਤੁਰਦਾ ਉਹਦੀ ਘਰ ਵਾਲੀ ਉਹਦੇ ਨਾਲੋਂ 15-20 ਸਾਲ ਛੋਟੀ ਹੋਊਗੀ। ਫੜੀ ਸੁਖੀਨ ਪੂਛਾਂ ਵਾਲਾ ਸੁਰਮਾ ਪਾ ਕੇ ਰੱਖਦੀ ਹੁੰਦੀ ਸੀ ਪਹਿਲਾਂ ਮੇਰੀ ਬੀਬੀ ਦਾਸੀ ਹੁੰਦੀ ਹੈ ਪਹਿਲਾਂ ਉਹਨੇ ਸੋਨੇ ਦਾ ਦੰਦ ਵੀ ਲਵਾਇਆ ਸੀ ਮੁੱਲੇ ਦੀਆਂ ਤੀਵੀਆਂ ਉਹਨੂੰ ਵੈਲਣ ਕਹਿਨੀਆਂ ਹੁੰਦੀਆਂ ਉਦੋਂ ਮੈਨੂੰ ਵੈਲਣ ਦਾ ਮਤਲਬ ਪਤਾ ਨਹੀਂ ਸੀ ਹੁੰਦਾ ਮੈਂ 7ਵੀਂ 8ਵੀਂ ਚ ਪੜਦੀ ਹੁੰਦੀ ਸੀ ਕਹਿੰਦੇ ਆ ਉਸ ਕੋਲ 12 ਉੱਪਰੇ ਬੰਦੇ ਆਉਂਦੇ ਆ ਉਹਨਾਂ ਦੀਆਂ ਦੋ ਕੁੜੀਆਂ ਤੇ ਇੱਕ ਮੁੰਡਾ ਸੀ ਮੁੰਡਾ ਛੋਟਾ ਕੁੜੀਆਂ ਤੋਂ ਲਾਡਲਾ ਰੱਖਿਆ ਉਹ 10ਵੀਂ 11ਵੀਂ ਚ ਪੜਦਾ ਹੀ ਨਸ਼ੇ ਕਰਨ ਲੱਗ ਪਿਆ ਕੁੜੀਆਂ ਤਾਂ ਉਹਨਾਂ ਨੇ ਦੋਨੋਂ ਵਿਆਹਤੀਆਂ ਉਹ ਮੁੰਡਾ ਮੇਰੇ ਭਰਾ ਸ਼ੰਟੀ ਕੋਲ ਵੀ ਕਦੇ-ਕਦੇ ਆਉਂਦਾ ਹੁੰਦਾ ਪਤਾ ਨਹੀਂ ਇਹ ਤੋਂ ਨਸ਼ਾ ਲੈਣ ਆਉਂਦਾ ਪਤਾ ਨਹੀਂ ਇਹਨੂੰ ਨਸ਼ੇ ਦਿੱਕੇ ਜਾਂਦੇ ਸੱਤ ਅੱਠ ਮਹੀਨੇ ਹੋ ਗਏ ਉਹਦਾ ਵਿਆਹ ਹੋ ਗਿਆ ਆਂਟੀ ਮੁੰਡੇ ਦੀ ਵਾਟੀ ਨੂੰ ਵੇਖ ਕੇ ਸਾਰਾ ਮੱਲਾ ਹੈਰਾਨ ਰਹਿ ਗਿਆ ਇੰਨੀ ਸੋਹਣੀ ਕੁੜੀ ਬਾਰਾਂਜ ਮਾਤਾ ਪਾਸ ਉਹਦੇ ਮਾਪਿਓ ਨੇ ਕਿਵੇਂ ਤੋਰਤੀ ਨਸ਼ੇੜੀ ਨਾਲ ਮੁੰਡੇ ਨੂੰ ਤਾਂ ਤੁਰੇ ਜਾਂਦੇ ਨੂੰ ਵੇਖ ਕੇ ਡਰ ਆਉਂਦਾ ਕਿਤੇ ਵਿੱਚ ਨਾ ਵੱਜੇ ਕਿਸੇ ਦੇ ਸਵੇਤੀ ਕੀ ਪਤਾ ਮਾਪਿਆਂ ਦੀ ਮਜਬੂਰੀ ਹੋ ਕੋਈ ਜਾਂ ਫਿਰ ਕੁੜੀ 'ਚ ਕੋਈ ਕਾਣ ਹੋ ਮੁੰਦਰਾ ਨਹੀਂ ਲਖਣ ਲਾਇਆ ਕੁੜੀ ਨੂੰ ਵੇਖ ਕੇ ਤਾਂ ਨਹੀਂ ਲੱਗਦਾ ਆਂਟੀ ਆਪਾਂ ਤਾਂ ਕੁੜੀ ਦੀ ਤੌਰ ਵੇਖ ਕੇ ਬੁੱਝ ਲੈਨੇ ਇਹ ਕਿਹੋ ਜਿਹੀ ਚੱਲਣ ਦੀ ਐ ਅਜੇ ਅਗਲੀਆਂ ਗੱਲਾਂ ਤਾਂ ਸੁਣਨ ਵਾਲੀਆਂ ਆਂਟੀ ਵਿਆਹ ਤੋਂ ਤਿੰਨਾਂ ਕੁ ਮਹੀਨਿਆਂ ਪਿੱਛੇ ਉਹਨਾਂ ਦੇ ਘਰ 'ਚ ਕਲੇਸ਼ ਪੈ ਗਿਆ ਨਸ਼ੇੜੀ ਮੁੰਡਾ ਪਹਿਲਾਂ ਇੱਕ ਇੱਕ ਕਰਕੇ ਬਹੂ ਦੇ ਸਾਰੇ ਗਹਿਣੇ ਵੇਚ ਕੇ ਨਸ਼ੇ ਖਾ ਗਿਆ ਫਿਰ 25 ਸਤਿ ਦਿਨ ਕੁੱਟ ਕੇ ਪੇਕੀ ਭੇਜਣ ਲੱਗਾ ਪੈਸੇ ਮੰਗ ਕੇ ਲਿਆ ਉਦੀ ਸੱਸ ਆਪਣੇ ਲੱਛਣਾ ਤੇ ਸੀ ਘਰ ਵਾਲਾ ਲੋਕਾਂ ਦੀਆਂ ਮੱਝਾਂ ਗਾਈਆਂ ਦੇ ਸੌਦੇ ਕਰਾਉਂਦਾ ਫਿਰਦਾ ਸੱਸ ਆਪਣੇ ਯਾਰਾਂ ਨਾਲ ਸੌਦੇ ਕਰਦੀ ਉਹਨਾਂ ਨੂੰ ਘਰੇ ਸੱਦ ਲੈਂਦੀ ਮੁੰਡਾ ਵੀ ਨਸ਼ੇੜੀ ਟੋਲੇ ਨਾਲ ਬਾਹਰ ਘੁੰਮਦਾ ਰਹਿੰਦਾ ਤੇ ਜਦੋਂ ਨੂਹ ਨੇ ਇਤਰਾਜ਼ ਕੀਤਾ ਤਾਂ ਇੱਕ ਦਿਨ ਸੱਸ ਨੇ ਆਪਣੇ ਇੱਕ ਯਾਰ ਨੂੰ ਹਲਾਸ਼ੇਰੀ ਦੇ ਕੇ ਨੂਹ ਦੇ ਕਮਰੇ 'ਚ ਬਾੜਤਾ ਤੇ ਬਾਰੋਂ ਕੁੰਡਾ ਲਾ ਦਿੱਤਾ ਫਿਰ ਤਾਂ ਸੱਸ ਲਈ ਨੂਹ ਕਮਾਈ ਦਾ ਸਾਧਨ ਬਣ ਗਈ ਜੋ ਜੇ ਨੂਹ ਨਾ ਮੰਨਦੀ ਤਾਂ ਪਹਿਲਾਂ ਆਪ ਕੁੱਟਦੀ ਫਿਰ ਯਾਰ ਤੋਂ ਕਟਾਉਂਦੀ ਤੇ ਜਦੋਂ ਨਸ਼ੇੜੀ ਪੁੱਤ ਘਰਾਂ ਦਾ ਉਹ ਤੋਂ ਘਟਵਾਉਂਦੇ ਇੱਕ ਤਾਂ ਉਹਨੇ ਆਪਣੇ ਖਸਮ ਨੂੰ ਹੀ ਰਾਤ ਵੇਲੇ ਨੂੰ ਦੇ ਮੰंजे ਤੇ ਘੱਲਤਾ ਕਹਿੰਦੀ ਐ ਨਸ਼ੇੜੀ ਪੁੱਤ ਜਾਗਦਾ ਸੀ ਪਰ ਉਸ ਚ ਮੰंजे ਤੋਂ ਉੱਠਣ ਦੀ ਹਿੰਮਤ ਵੀ ਨਹੀਂ ਸੀ ਇਹ ਗੱਲਾਂ ਪਹਿਲਾਂ ਗੁਆਂਢ 'ਚ ਫਿਰ ਪੂਰੇ ਮੱਲੇ 'ਚ ਫੈਲ ਗਈਆਂ ਮੱਲੇ 'ਚ ਸਸਤਾ ਬਦਨਾਮ ਸੀ ਹੁਣ ਉਸ ਨਾਲ ਨੂਹ ਦਾ ਵੀ ਨਾਂ ਜੁੜ ਗਿਆ ਆਂਟੀ ਹੁਣ ਤਾਂ ਸਾਰੇ ਲੋਕਾਂ ਨੂੰ ਪਤਾ ਐ ਨਸ਼ੇੜੀ ਮੁੰਡੇ ਦੀ ਵੀ ਆਪਣੀ ਮਾਂ ਨਾਲ ਮਿਲੀਭੁਗਤ ਐ ਉਹਨੂੰ ਪੈਸੇ ਚਾਹੀਦੇ ਨੇ ਨਸ਼ੇ ਕਰਨ ਲਈ ਸੱਸ ਅੱਢ ਪੈਸੇ ਲੈਂਦੀ ਐ ਪੁੱਤ ਅੱਢ ਪੈਸੇ ਲੈਂਦਾ ਜਿੰਨਾ ਚਿਰ ਬੰਦਾ ਅੰਦਰ ਨੂੰ ਜਾਂ ਸੱਸ ਕੋਲੇ ਹੁੰਦਾ ਉਹ ਬਾਹਰ ਬੈਠਾ ਨਿਗਰਾਨੀ ਕਰਦਾ ਸਵੀਟੀ ਨੇ ਇਹ ਗੱਲ ਕਿਰਨਾ ਨਾਲ ਕਹੀ ਇਹ ਦੁਨੀਆ ਇੰਨੀ ਨਿਗਰ ਹੈਗੀ ਆਂਟੀ ਮੁੰਦਰਾ ਚਿਰਾਗ ਹਤਾਸ਼ ਹੋਈ ਸਵੀਟੀ ਦੀਆਂ ਗੱਲਾਂ ਸੁਣ ਰਹੀ ਸੀ ਉਹਨੂੰ ਸੱਚੀ ਯਕੀਨ ਨਹੀਂ ਸੀ ਆ ਰਿਹਾ ਮੁੰਦਰਾ ਨੂੰ ਚੁੱਪ ਵੇ ਕੇ ਸਵੀਟੀ ਫੇਰ ਬੋਲੀ ਆਂਟੀ ਇੱਕ ਦਿਨ ਉਹਨਾਂ ਦੀ ਨੂੰ ਮੈਨੂੰ ਸਬੱਬੀ ਮਿਲ ਪਈ ਮੈਂ ਉਂਝੀ ਪੁੱਛ ਲਿਆ ਕੀ ਹਾਲ ਚਾਲ ਐ ਉਹ ਤਾਂ ਫਿਸਪੀ ਨਾ ਚੱਜਦਾ ਖਾਣ ਨੂੰ ਦਿੰਦੇ ਐ ਨਾ ਪੈਣ ਨੂੰ ਦਿੰਦੇ ਐ ਨਾ ਥੇਲਾ ਖਰਚਣ ਨੂੰ ਦਿੰਦੇ ਐ ਸੱਸ ਨੇ ਤਾਂ ਘਰ ਰੰਡੀ ਦਾ ਕੋਠਾ ਬਣਾਇਆ ਪਿਆ ਤੜਕੇ ਹੀ ਪਹਿਨ ਪੱਚਰ ਕੇ ਸੁਰਖੀ ਬਿੰਦੀ ਲਾ ਕੇ ਬਹਿ ਜਾਂਦੀ ਐ ਬੈਠੀ ਹੁਕਮ ਚਲਾਉਂਦੀ ਐ ਕੱਪੜੇ ਮੈਂ ਧੋਵਾਂ ਰੋਟੀਆਂ ਮੈਂ ਬਕਾਵਾ ਮੱਝ ਮੈਂ ਸਾਂਭਾਂ ਗੋਹਾ ਖੂੜਾ ਮੈਂ ਕਰਾਂ ਇਹਨਾਂ ਦੀ ਖਾਤਰ ਉਪਰੇ ਬੰਦਿਆਂ ਨਾਲ ਖੇ ਵੀ ਮੈਂ ਖਾਵਾਂ ਆਂਟੀ ਮੈਂ ਤਾਂ ਆਖਦਾ ਚੁੱਪ ਕਰਕੇ ਪੇਕੀਂ ਭੱਗ ਜਾ ਾਂਦੀ ਪੇਕੀ ਕਿਵੇਂ ਜਾਵਾਂ ਪਿਓ ਸਰਤੇ ਹੈ ਨਹੀਂ ਮਾਂ ਨੂੰ ਧੀ ਵੀ ਹੋਈ ਐ ਉਹ ਫਿਰ ਵੀ ਲੋਕਾਂ ਦੇ ਘਰੀ ਕੰਮ ਕਰਕੇ ਰੋਟੀ ਦਾ ਜੁਗਾਰ ਕਰਦੀ ਐ ਮਾਂ ਦੀ ਆਤਮਾ ਕਾ ਨੂੰ ਤੜਫਾਵਾ ਮੈਂ ਤਾਂ ਨਰਕ ਭੋਗੀ ਜਾਨੀ ਉਹ ਤਾਂ ਸੋਚਦੀ ਹੋ ਮੇਰੀ ਧੀ ਰਾਜੀ ਖੁਸ਼ੀ ਵਸਦੀ ਐ ਮौजਾਂ ਕਰਦੀ ਐ ਸਵੇਟੀ ਜਦੋਂ ਆਪਣੇਆਂ ਦਾ ਹੀ ਬੇੜਾ ਗਰਕ ਜੇ ਫਿਰ ਕੋਈ ਕੀ ਕਰੇ ਮੁੰਦਰਾ ਚਿਰਾਗ ਨੂੰ ਸੱਚਮੁੱਚ ਉਸ ਕੁੜੀ ਨਾਲ ਹੰਦਰਦੀ ਹੋਗੀ ਪਿੱਛੇ ਕੀ ਨਾ ਉਸ ਕੁੜੀ ਦਾ ਉਹਦੀ ਮਾਂ ਨੇ ਗੁਰਵੀਰ ਕੌਰ ਨਾਂ ਰੱਖਿਆ ਸੀ ਪਰ ਹੁਣ ਘਸਦਾ ਘਸਦਾ ਗੁਰੂ ਹੀ ਰਹਿ ਗਿਆ ਆਂਟੀ ਮੈਨੂੰ ਉਹ ਪੁੱਛਦੀ ਸੀ ਜੇ ਆਹੀ ਖੇ ਖਾਣੀ ਐ ਤੇ ਇਹਨਾਂ ਕੰਜਰਾਂ ਵਾਸਤੇ ਕਿਉਂ ਖਾਵਾਂ ਮੈਨੂੰ ਕੋਈ ਰਾਹ ਦੱਸ ਆ ਕੇ ਸਵੀਟੀ ਮੁੰਦਰਾ ਵੱਲ ੱੱਕਣ ਲੱਗੀ ਤੂੰ ਕੋਈ ਦਿੱਤੀ ਨਹੀਂ ਸਲਾਹ ਫਿਰ ਆਂਟੀ ਜਿਹੜੀ ਆਪ ਪਟਕਦੀ ਫਿਰਦੀ ਆ ਉਹ ਭਲਾ ਇਹੋ ਜੇ ਮਸਲੇ 'ਚ ਸਲਾਹ ਦੇਣ ਜੋਗੀ ਕਿੱਥੇ ਹੁੰਦੀ ਐ ਹੁਣ ਮੈਂ ਸੋਚਦੀ ਆਂ ਜੇ ਆਪਾਂ ਉਹਨੂੰ ਆਪਣੇ ਨਾਲ ਜੋੜ ਲਈਏ ਤਾਂ ਮੁੰਦਰਾ ਚਰਾ ਕੁਝ ਪਲ ਸੋਚਦੀ ਰਹੀ ਫਿਰ ਬੋਲੀ ਮੈਂ ਵਾਲੀਆ ਸਰ ਨਾਲ ਗੱਲ ਕਰੂੰਗੀ ਉਹ ਕੋਈ ਨਾ ਕੋਈ ਰਾਹ ਲੱਭ ਲੈਣਗੇ ਪਹਿਲਾਂ ਤਾਂ ਉਹਨੂੰ ਸੌਰਿਆਂ ਦੇ ਝੁੰਗਲ 'ਚੋਂ ਕੱਢਣਾ ਪੈਣਾ ਉਹਨੂੰ ਕਹੀਂ ਜੇ ਆ ਸਕਦੀ ਹੈ ਤੇ ਮੈਨੂੰ ਮਿਲੇ ਇੱਕ ਵਾਰ ਆਪਾਂ ਬਾਈਪਾਸ ਤੇ ਇੱਕ ਨਵਾਂ ਟਾਬਾ ਖੋਲਣਾ ਵਾਲੀਆ ਸਰ ਆਪਣੀ ਮਦਦ ਕਰਨਗੇ ਉੱਥੇ ਲੜਕੀਆਂ ਦੀ ਲੋੜ ਪੈਣੀ ਹੈ ਚਲ ਛੱਡ ਇਸ ਕੰਮ 'ਚ ਅਜੇ ਬਹੁਤ ਟਾਈਮ ਹੈਗਾ ਤੂੰ ਅੱਜ ਵੇਲੇ ਨਾਲ ਹੀ ਚਲੀ ਜਾਈ ਘਰ ਨੂੰ ਤੇ ਜਾ ਕੇ ਕੱਲ੍ਹ ਵਾਸਤੇ ਤਿਆਰੀ ਕਰ ਲੈ ਅੰਟੀ ਮੈਂ ਤਾਂ ਸੋਚਦੀ ਸੀ ਦੋ ਤਿੰਨ ਦਿਨ ਆਰਾਮ ਕਰਾਂ ਫਿਰ ਆਹੀ ਦੋ ਤਿੰਨ ਸਾਲ ਤੁਹਾਡੇ ਕਮਾਈ ਕਰਨ ਦੀ ਉਮਰ ਦੇ ਨੇ ਫਿਰ ਟਲ ਹਮਰ ਆਰਾਮ ਕਰਨ ਦੀ ਹੈ ਸਾਡਾ ਧੰਦਾ ਵੀ ਭੱਖ ਦੀ ਰੁੱਤ ਦਾ ਮੇਵਾ ਹੈ ਚੁੱਪੇ ਅੰਬਾਂ ਦੀ ਕੋਈ ਕਦਰ ਨਹੀਂ ਕਰਦਾ ਮੁੰਦਰਾ ਨੇ ਸਮਝਾਇਆ ਠੀਕ ਹੈ ਆਂਟੀ ਮੈਂ ਫਿਰ ਹੁਣੇ ਨਿਕਲ ਜਾਨੀ ਆਂ ਸਵੀਟੀ ਦੇ ਮਰੇ ਜੇ ਬੋਲ ਨਿਕਲੇ ਓਕੇ ਓਕੇ ਜਾਂਦੀ ਜਾਂਦੀ ਜਿਹੜੀਆਂ ਕੁੜੀਆਂ ਕਮਰੇ 'ਚ ਨੇ ਉਹਨਾਂ ਨੂੰ ਆਖ ਮੈਨੂੰ ਮਿਲਣ ਆਖ ਕੇ ਮੁੰਦਰਾ ਨੇ ਆਪਣਾ ਮੋਬਾਈਲ ਚੁੱਕ ਲਿਆ ਤੇ ਕੋਈ ਨੰਬਰ ਮਿਲਵਾਉਣ ਲੱਗੀ ਅਖੀਰ ਲੰਗ 23 ਇਹ ਅੰਤ ਨਹੀਂ ਸੁਇਤੀ ਭਾਵੇਂ ਕੈਨੇਡੀਅਨ ਨਾਲ 3 ਦਿਨ ਦੀ ਐਸਕਾਟ ਸੇਵਾ ਪੁੱਗਤਾ ਕੇ ਮੁੰਦਰਾ ਹਵੇਲੀ ਆਈ ਹੈ। ਅੱਜ ਉਹਦੇ ਨਾਲ ਮਹੱਲੇ ਦੇ ਵਪਾਰੀ ਸ਼ਾਮੂ ਦੀ ਨੂੰਹ ਗੁਰੋ ਵੀ ਹੈ। ਜਿੱਥੇ ਮੁੰਦਰਾ ਚਿਰਾਗ ਦੇ ਧੰਦੇ 'ਚ ਇੱਕ ਨਵੀਂ ਕੁੜੀ ਜੁੜਨ ਦੀ ਆਸ ਹੈ। ਉੱਥੇ ਇਥੋਂ ਦੀਆਂ ਦੋ ਕੁੜੀਆਂ ਕੁਲਵਿੰਦਰ ਤੇ ਜੱਸੀ ਬੈਂਕ ਵੱਲੋਂ ਚਲਾਏ ਜਾ ਰਹੀ ਸਵੈ ਰੋਜ਼ਗਾਰ ਸੰਸਥਾ ਨਾਲ ਜੁੜ ਗਈਆਂ। ਖਬਰ ਮਿਲੀ ਹੈ ਦੋਵੇਂ ਕੁੜੀਆਂ ਬਹੁਤ ਖੁਸ਼ ਹਨ। ਕਸਬੇ ਵਿੱਚ ਅੱਜਕੱਲ੍ਹ ਇੱਕ ਹੋਰ ਘਟਨਾ ਦੀ ਵੀ ਚਰਚਾ ਹੈ। ਮੁੰਦਰਾ ਹਵੇਲੀ ਚ ਇੱਕ ਲੜਕੀ ਦੇ ਪਤੀ ਨੇ ਇੱਥੇ ਆ ਕੇ ਉਹਦੀ ਸ਼ਰੇਆਮ ਪਟਾਈ ਕੀਤੀ ਪੁੱਛਣ ਤੇ ਪਤੀ ਨੇ ਦੱਸਿਆ ਇਹ ਮੇਰੀ ਪਰਵਾਹੀ ਨਹੀਂ ਕਰਦੀ ਕੱਲ ਮੇਰੇ ਹੀ ਸਾਹਮਣੇ ਆਪਣੇ ਯਾਰ ਨਾਲ ਮੋਟਰਸਾਈਕਲ ਤੇ ਬੈਠ ਕੇ ਚਲੀ ਗਈ ਪਤੀ ਦਾ ਕੋਈ ਨਸ਼ਾ ਕੀਤਾ ਹੋਇਆ ਸੀ ਉਹ ਰੋਣਾ ਪਾ ਰਿਹਾ ਸੀ ਮੈਨੂੰ ਥੇਲਾ ਨਹੀਂ ਦਿੰਦੀ ਆਹ ਪੈਸ਼ ਕਰੀ ਜਾਂਦੀ ਹੈ ਇਹੋ ਜਿਹੀਆਂ ਖਬਰਾਂ ਹੋਰ ਵੀ ਹਨ ਹੁਸ਼ਿਆਰਪੁਰ ਵਾਲੇ ਲੋਕਾਂ ਨੇ ਰੋ ਜਾ ਕੇ ਦੇਵਪਾਰ ਦੇ ਕੱਡੇ ਨੂੰ ਅੱਗ ਲਗਾ ਕੇ ਸਾੜਤਾ ਲੋਕਾਂ ਵੱਲੋਂ ਪੁਲਿਸ ਕੋਲ ਬਾਰ-ਬਾਰ ਸ਼ਿਕਾਇਤ ਦਰਜ ਕਰਾਉਣ ਦੇ ਬਾਵਜੂਦ ਅੱਡੇ ਦੀ ਸੰਚਾਲਕਾ ਤੜਲੇ ਨਾਲ ਧੰਦਾ ਕਰ ਰਹੀ ਸੀ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਦੀ ਦੋਸ਼ ਵਿੱਚ 175 ਵਿਅਕਤੀਆਂ ਖਿਲਾਫ ਧਾਰਾ 353 186 435 452 427 506 380 323 ਤੇ 120 ਤਹਿਤ ਮਾਮਲਾ ਦਰਜ ਕਰ ਲਿਆ ਹੈ ਇਹ ਖਬਰ ਪੜ ਕੇ ਮੁੰਦਰਾ ਚਿਰਾਗ ਬਹੁਤ ਚਿੰਤਿਤ ਹੈ ਉਨੇ ਆਪਣੀਆਂ ਲੜਕੀਆਂ ਨੂੰ ਸਾਵਧਾਨ ਹੋਣ ਲਈ ਕਿਹਾ। ਇੱਕ ਖੋਰਫਵਾ ਹੈ। ਵਾਲੀਏ ਦੇ ਰਾਵੀ ਟਾਬੇ ਉੱਪਰ ਕੁਝ ਦਿਨ ਪਹਿਲਾਂ ਛਾਪਾ ਮਾਰਿਆ ਗਿਆ। ਕੁਝ ਲੜਕੀਆਂ ਤੇ ਦੋ ਮਰਦ ਇਤਰਾਜ਼ਯੋਗ ਹਾਲਾਤ 'ਚ ਹਰਾਸਤ ਚ ਲੈ ਗਏ। ਪੁਲਿਸ ਨੂੰ ਸੰਦੇਹ ਹੈ ਕਿ ਇਹਨਾਂ ਥਾਵਾਂ ਉੱਪਰ ਦੇ ਵਪਾਰ ਦਾ ਕਾਰੋਬਾਰ ਚੱਲ ਰਿਹਾ ਹੈ। ਦੋ ਤਿੰਨ ਦਿਨ ਇਹ ਖਬਰ ਆਸ-ਪਾਸ ਦੇ ਖੇਤਰ 'ਚ ਸਨਸਨੀ ਬਣੀ ਰਹੀ। ਇਹਨਾਂ 'ਚ ਹੀ ਖੋਰ ਖਬਰ ਫੈਲ ਗਈ। ਰਾਵੀ ਟਾਬੇ ਉੱਪਰ ਫੜੇ ਗਏ ਮਰਦ ਤੇ ਲੜਕੀਆਂ ਰਿਸ਼ਤੇਦਾਰ ਸਨ। ਤੇ ਟਾਬੇ ਤੇ ਖਾਣਾ ਖਾਣ ਲਈ ਰੁਕੇ ਸਨ ਪੁਲਿਸ ਨੂੰ ਕਿਸੇ ਅਗਿਆਤ ਨੇ ਗਲਤ ਸੂਚਨਾ ਦਿੱਤੀ ਸੀ ਇੱਕ ਹੋਰ ਖਬਰ ਹੈ ਮੁੰਦਰਾ ਚਿਰਾਗ ਨੇ 라ਵੀਟਾ ਬੇਦੀ ਤਰਸਤੇ ਵਾਲੀਏ ਦੇ ਸਹਿਯੋਗ ਨਾਲ ਬਾਈਪਾਸ ਤੇ ਇੱਕ ਟਾਬਾ ਖੋਲ ਲਿਆ ਹੈ ਟਾਬੇ ਤੇ ਬਹਿਰਿਆਂ ਦਾ ਕੰਮ ਸਿਰਫ ਲੜਕੀਆਂ ਕਰਦੀਆਂ ਹਨ ਤੇ ਰਿਸੈਪਸ਼ਨਿਸਟ ਮੁੰਦਰਾ ਚਿਰਾਗ ਆਪੇ ਇੱਕ ਦੁਖਦਾਈ ਖਬਰ ਵੀ ਹੈ ਮੁੰਦਰਾ ਹਵੇਲੀ ਦੀ ਮੀਤੋ ਦੀ ਬਿਮਾਰੀ ਹੁਣ ਕਾਫੀ ਵਧ ਗਈ ਹੈ ਮੁਖਾਰ ਦੇ ਨਾਲ-ਨਾਲ ਉਹਨੂੰ ਖੰਘ ਵੀ ਛੜਨ ਲੱਗ ਪਈ। ਲਗਾਤਾਰ ਪੇਨਕিলার ਖਾਣ ਦੇ ਬਾਵਜੂਦ ਸਰੀਰ ਅੰਦਰ ਉੱਠਦੀਆਂ ਪੀੜਾਂ ਘਟ ਨਹੀਂ ਹੁੰਦੀਆਂ। ਹੁਣ ਮਿੱਤੋ ਬਧੇਰੇ ਸਮਾਂ ਘਰ ਹੀ ਗੁਜ਼ਾਰਦੀ ਐ। ਸਾਰੇ ਸਰੀਰ ਦੀ ਪੀੜ ਚਿਹਰੇ ਉੱਪਰ ਉਤਰ ਆਈ ਐ। ਮਿੱਤੋ ਦੀ ਹਾਲਤ ਵੇਖ ਕੇ ਮੁੰਦਰਾ ਚਿਰਾਗ ਪਹਿਲਾਂ ਨਾਲੋਂ ਵਧੇਰੇ ਤਰਕ ਹੋ ਗਈ ਐ। ਉਹਨੇ ਹਰ ਲੜਕੀ ਨੂੰ ਸਖਤ ਹਿਦਾਇਤ ਕੀਤੀ ਐ ਕਿ ਉਹ ਨਹੀਂ ਚਾਹੁੰਦੀ ਸਭ ਲੜਕੀਆਂ ਦਾ ਹਾਲ ਮਿੱਤੋ ਵਰਗਾ ਹੋਵੇ। ਮੁੰਦਰਾ ਹਵੇਲੀ ਉਨੇ ਲਗਭਗ ਵੇਲੇ ਕਰ ਦਿਤੀ ਹੈ ਮਾਈ ਅਜੇ ਉੱਥੇ ਹੀ ਰਹਿੰਦੀ ਹੈ ਜੇ ਕੋਈ ਪੁਰਾਣਾ ਗਾਕ ਆਉਂਦਾ ਵੀ ਹੈ ਤਾਂ ਮਾਈ ਮੰਦਰਾ ਦੇ ਢਾਬੇ ਬਾਰੇ ਜਾਣਕਾਰੀ ਦੇ ਦਿੰਦੀ ਹੈ ਮੰਦਰਾ ਚਿਰਾਗ ਨੇ ਇਸ ਨਵੇਂ ਆਧੁਨਿਕ ਢਾਬੇ ਉੱਪਰ ਇੱਕ ਸੱਭਿਆਚਾਰਕ ਗਰੁੱਪ ਬਣਾਉਣ ਦੀ ਤਿਆਰੀ ਆਰੰਭ ਕਰ ਦਿੱਤੀ ਹੈ ਵੇਲੇ ਵੇਲੇ ਲੜਕੀਆਂ ਇੱਕ ਕੋਚ ਪਾਸੋਂ ਪ੍ਰੋਫੈਸ਼ਨਲ ਡਾਂਸ ਸਿੱਖਦੀਆਂ ਹਨ ਮੰਦਰਾ ਚਿਰਾਗ ਆਪਣੇ ਆਪ ਨੂੰ ਸਮਾਜ ਸੇਵੀ ਐ ਖਵਾ ਕੇ ਬਹੁਤ ਖੁਸ਼ ਹੁੰਦੀ ਹੈ ਇੱਕ ਦਿਨ ਕੋਈ ਸਿਰਫ ਰਿਆ ਪੱਤਰਕਾਰ ਬਾਦ ਮੁੰਦਰਾਚਿਰਾਗ ਨੇ ਉਸ ਬਾਰੇ ਹੀ ਭਾਸ਼ਵਰਤੀ ਇਸ ਧੰਦੇ ਦੇ ਭੇਦ ਜਾਣਨ ਲਈ ਮੁੰਦਰਾਚਿਰਾਗ ਦੇ ਟਾਬੇ ਉੱਪਰ ਗਾਹਕ ਬਣ ਕੇ ਆਇਆ ਜਦ ਸਭ ਕੁਝ ਤੈਹ ਹੋ ਗਿਆ ਤਾਂ ਪੱਤਰਕਾਰ ਨੇ ਪੱਤਰਕਾਰੀ ਹਾਸਾ ਹਸਦਿਆਂ ਪੁੱਛਿਆ ਮਾਫ ਕਰਨਾ ਮੈਡਮ ਤੁਸੀਂ ਸਮਾਜ ਦੀ ਇੱਕ ਇਹੋ ਜੀ ਸੇਵਾ ਕਰ ਰਹੇ ਹੋ ਹੰਡੀ ਵਰਤੀ ਤਜਰਬੇਕਾਰ ਮੁੰਦਰਾਚਿਰਾਗ ਤੁਰੰਤ ਸਾਵਧਾਨ ਹੋ ਗਏ ਪੁੱਛਿਆ ਤੁਸੀਂ ਇਹਨੂੰ ਸੇਵਾ ਹੀ ਸਮਝ ਤੁਸੀਂ ਇਹਨੂੰ ਸੇਵਾ ਨਹੀਂ ਸਮਝ ਰਹੇ ਇਹ ਸੇਵਾ ਹੈ ਦੇ ਦਾ ਧੰਦਾ ਫਲਾਉਣਾ ਰੁਕੋ ਰੁਕੋ ਮੁੰਦਰਾ ਚਿਰਾਗਨੀ ਪੱਤਰਕਾਰ ਨੂੰ ਟੋਕਿਆ ਮੈਨੂੰ ਤੁਹਾਡੀ ਅਕਲ ਤੇ ਹੈਰਾਨੀ ਹੁੰਦੀ ਹੈ ਕਦੇ ਨੋਟ ਕੀਤਾ ਸਾਡੀ ਸੇਵਾ ਨਾਲ ਕਿੰਨੇ ਰੇਪ ਹੋਣੋਂ ਬਚੇ ਨੇ ਸਾਡੀ ਸੇਵਾ ਨਾਲ ਕਿੰਨੇ ਲੋਕਾਂ ਨੂੰ ਮਾਨਸਿਕ ਤਣਾਅ ਤੋਂ ਮੁਕਤੀ ਮਿਲਦੀ ਹੈ ਕਿੰਨੇ ਘਰਾਂ ਦੀ ਰੋਟੀ ਰੋਜ਼ੀ ਇਸ ਧੰਦੇ ਤੋਂ ਚੱਲਦੀ ਹੈ ਕਿੰਨੇ ਲੋਕਾਂ ਨੂੰ ਖੁਦਕੁਸ਼ੀਆਂ ਕਰਨ ਤੋਂ ਬਚਾਉਂਦੇ ਆ ਕਿੰਨੇ ਲੋਕਾਂ ਨੂੰ ਪਾਗਲ ਹੋਣ ਤੋਂ ਰੋਕਦੇ ਆ ਸ਼ਾਇਦ ਇਹਨਾਂ ਸਮੱਸਿਆਵਾਂ ਦੀ ਨਾ ਤੁਹਾਨੂੰ ਸਮਝ ਹੈ ਨਾ ਇਸ ਬਾਰੇ ਤੁਸੀਂ ਸੋਚਦੇ ਮੈਂ ਠੀਕ ਆਖ ਰਹੀ ਆ ਨਾ ਮੁੰਦਰਾ ਚਿਰਾਗ ਪੱਤਰਕਾਰ ਦੀਆਂ ਅੱਖਾਂ 'ਚ ਬਿਬਾਕ ਚੱਕੀ ਜਾਗਰੂਕ ਪੱਤਰਕਾਰ ਮੁੰਦਰਾ ਚ ਰਗਦੇ ਨਾ ਤਰਕਾਂ ਨੂੰ ਸੁਣ ਕੇ ਪਰੇਸ਼ਾਨ ਹੋ ਗਿਆ ਕੀ ਇਹ ਗੱਲਾਂ ਤੁਹਾਨੂੰ ਪਰੇਸ਼ਾਨ ਨਹੀਂ ਕਰਦੀਆਂ ਕੀ ਇਹ ਗੱਲਾਂ ਤੁਹਾਨੂੰ ਬੇਚੈਨ ਨਹੀਂ ਕਰਦੀਆਂ ਕਿ ਪੇਟ ਦੀ ਭੁੱਖ ਮਟਾਉਣ ਲਈ ਇਸ ਦੇਸ਼ ਦੀ ਮਿੱਟੀ ਦੀਆਂ ਧੀਆਂ ਕੋਣ ਮੁੰਦਰਾ ਚ ਰਗਦੀ ਹੈ ਜਈ ਸਮਾਜ ਸੇਵਾ ਤੋਂ ਬਿਨਾ ਸੱਚਮੁੱਚ ਕੋਈ ਦੂਸਰਾ ਰਸਤਾ ਨਹੀਂ ਹੈ ਕੀ ਇਹਨਾਂ ਪ੍ਰਸ਼ਨਾਂ ਬਾਰੇ ਦੇਸ਼ ਦੇ ਹਰ ਸੁਚੇਤ ਨਾਗਰਿਕ ਨੂੰ ਸੋਚਣਾ ਨਹੀਂ ਬਣਦਾ ਧੰਨਵਾਦ ਸਮਾਪਤ